डियर स्टूडेंट्स वेलकम टू द यूट्यूब चैनल सपोर्ट फॉर एजुकेशन इस वीडियो में अं करा पीएससी बी क्लास ट्वेल्थ इंग्लिश का लैसन इन सैलिब्रेशन ऑफ बीइंग अलाइव इज दे क्वेश्चन आंसरस आओ शुरू करते हैं पहला क्वेश्चन है अकॉर्डिंग टू डॉक्टर बर्नड वट इज़ द बिजनेस ऑफ लिविंग डॉक्टर बर्नड के अनुसार बिजनेस ऑफ लिविंग की है तो इज आंसर है डॉक्टर बर्नड इज ऑफ द ओपीनियन दैट द बिजनेस ऑफ लिविंग इज अ ऑफ से अलाइव by the word celebration he means to enjoy a life in whatever form or shape we find it ki dr barnet de anusar business of living hai ki assi ae in celebrate kariye ki assi jeeunde ha assi alive ha te celebration da arth hai ki life nu kisi bhi form vich kisi bhi shape vich enjoy karna is da arth hai ki har kadi har pal apni zindagi nu enjoy karna hi business of living hai ਅਗਲਾ ਕੁਐਸਚਨ ਹੈ ਵਟ 杜 ਦ ਪੀਪਲ ਵਿਦ ਬਰੇਵਨ ਪੋਜ਼ਿਟਿਵ ਐਟੀਟਿਊਡ ਟੀਚ ਅਸ ਤੇ ਜਿਹੜੇ ਬਹਾਦਰ ਲੋਕ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਐਟੀਟਿਊਡ ਹੈ ਪੋਜ਼ਿਟਿਵ ਹੁੰਦਾ ਹੈ ਤੇ ਉਹ ਸਾਨੂੰ ਕੀ ਸਿਖਾਉਂਦੇ ਹਨ ਪੀਪਲ ਵਿਦ ਪੋਜ਼ਿਟਿਵ ਐਟੀਟਿਊਡ ਇਨ ਲਾਈਫ ਡਿਫਾਈ ਪੇਨ ਐਂਡ ਐਗਨੀ ਐਂਡ ਬਿਕਮ ਐਨ ਐਗਜ਼ੈਂਪਲ ਫਾਰ ਅਦਰਸ ਦੇ ਟੀਚ ਅਸ ਟੂ ਮੂਵ ਫੋਰਵਰਡ ਐਂਡ ਇੰਜੋਏ ਏਵਰੀ ਮੂਮੈਂਟ ਆਫ ਲਾਈਫ ਇਨਸਪਾਈਟ ਆਫ ਫਿਜ਼ੀਕਲ ਸਫਰਿੰਗ ਤੇ ਜਿਹੜੇ ਪੋਜ਼ਿਟਿਟਿਵ ਐਟੀਟਿਊਡ ਵਾਲੇ ਲੋਕ ਹੁੰਦੇ ਹਨ ਉਹ ਪੇਨ ਅਤੇ ਐਗਨੀ ਨੂੰ ਦੁੱਖ ਅਤੇ ਤਕਲੀਫਾਂ ਨੂੰ ਡਿਫਾਈ ਕਰਦੇ ਹਨ ਉਸਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਅਤੇ ਦੂਜਿਆਂ ਵਾਸਤੇ ਇੱਕ ਮਿਸਾਲ ਬਣਦੇ ਹਨ ਤੇ ਫਿਜ਼ੀਕਲ ਸਫਰਿੰਗ ਦੇ ਬਾਵਜੂਦ ਉਹ ਸਾਨੂੰ ਅੱਗੇ ਵਧਣਾ ਅਤੇ ਜ਼ਿੰਦਗੀ ਦੀ ਹਰ ਮੂਮੈਂਟ ਨੂੰ ਇੰਜੋਏ ਕਰਨਾ ਸਿਖਾਉਂਦੇ ਹਨ ਅਗਲਾ ਕੁਐਸਚਨ ਹੈ ਇਨ ਵਿਚ ਇਨਸੀਡੈਂਟ ਡਾਕਟਰ ਬਰਨਰਡਸ ਗਲੂਮੀ ਥੌਟਸ ਰੂਟਡ ਤੇ ਇਸ ਦਾ ਅਰਥ ਹੈ ਕਿ ਡਾਕਟਰ ਬਰਨਟ ਦੇ ਮਨ ਵਿੱਚ ਨਿਰਾਸ਼ਾਜਨਕ ਵਿਚਾਰ ਕਿਹੜੀ ਘਟਨਾ ਨਾਲ ਆਲੇ ਯਾ ਕਿਹੜੀ ਘਟਨਾ ਤੋਂ ਆਏ ਤੇ ਜ਼ਕਰ ਡਾਕਟਰ ਬਰਨਰਡਸ ਨੋਮੀ ਥੌਟਸ ਵਾ ਰੂਟਡ ਇਨ ਐਨ ਐਕਸੀਡੈਂਟ ਇਨ ਵਿੱਚ ਹੀ ਐਂਡ ਹਿਸ ਵਾਈਫ ਵੇਰ ਹਿੱਟ ਬਾਈ ਅ ਕਾਰ ਗਾਟ ਬੈਡਲੀ ਇੰਜਰਡ ਐਂਡ ਹਸਪਿਟਲਾਈਜ਼ਡ ਤੇ ਉਹਨਾਂ ਦੇ ਮਨ ਵਿੱਚ ਨਿਰਾਸ਼ਾਜਨਕ ਵਿਚਾਰ ਉਦੋਂ ਆਏ ਜਦੋਂ ਡਾਕਟਰ ਬਰਨਰਡ ਅਜੇ ਉਸਦੀ ਵਾਈਫ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਤੇ ਉਹ ਬੁਰੀ ਤਰ੍ਹਾਂ ਇੰਜਰਡ ਹੋ ਗਏ ਅਤੇ ਉਹਨਾਂ ਨੂੰ ਹਸਪਤਲ ਦਾਖਲ ਹੋਣਾ ਪਿਆ ਅਗਲਾ ਕੁਐਸਚਨ ਹੈ ਵਾਟ ਵਾਸ ਡਾਕਟਰ ਬਰਨਰਡਸ ਫਾਦਰਸ ਐਟੀਟਿਊਡ ਟੁਵਰਡਸ ਲਾਈਫ ਡਾਕਟਰ ਬਰਨਰਡ ਦੇ ਬਾਪੂ ਦਾ ਜੀਵਨ ਦੇ ਪ੍ਰਤੀ ਜ਼ਿੰਦਗੀ ਦੇ ਪ੍ਰਤੀ ਕੀਰਵਿਆ ਸੀ ਡਾਕਟਰ ਬਰਨਰਡਸ ਫਾਦਰ ਬਿਲੀਵਡ ਐਟ एवरीथिंग ਹੈਪਨਸ ਐਟ ਗੋਡਸ ਵਿਲ ਹੀ ਥੌਟਡ ਬਾਇ ਮੇਕਿੰਗ ਅਸ ਸਫਰ ਗੋਡ ਟੈਸਟਸ ਅਸ ਅਕੋਰਡਿੰਗ ਟੂ ਹਿਮ ਸਫਰਿੰਗਸ ਐਂਡ ਨੋਬਲ ਦਾ ਹਿਊਮਨ ਬੀਇੰਗਸ ਐਂਡ ਮੇਕ ਥੈਮ ਬੈਟਰ ਪਰਸਨਸ ਡਾਕਟਰ ਬਰਨਰਡ ਦੇ ਬਾਪੂ ਦਾ ਮੰਨ ਸੀ ਕਿ ਸਾਰਾ ਕੁਝ ਰੱਬ ਦੀ ਮਰਜ਼ੀ ਨਾਲ ਹੀ ਹੁੰਦਾ ਤੇ ਜਦੋਂ ਅਸੀਂ ਸਫਰ ਕਰਦੇ ਹਾਂ ਤਾਂ ਗੋਡ ਸਾਡੀ ਪਰਖਿਆ ਲੈਂਦਾ ਤੇ ਜਿਹੜੀ ਸਫਰਿੰਗਸ ਹੁੰਦੇ ਨੇ ਜਿਹੜੀ ਦੁੱਖ ਅਤੇ ਤਕਲੀਫਾਂ ਹੁੰਦੀਆਂ ਉਹ ਬੰਦੇ ਨੂੰ ਹਿਊਮਨ ਬੀংস ਨੂੰ ਨੇਕ ਅਤੇ ਵਧੀਆ ਇਨਸਾਨ ਬਣਾਉਂਦੀਆਂ ਹਨ ਅਗਲਾ ਕੁਐਸਚਨ ਹੈ ਵਟ ਇੰਟਰੋਡਿਊਸ ਡਾਕਟਰ ਬਰਨਰ ਟੂ ਦਾ ਸਫਰਿੰਗ ਆਫ ਚਿਲड्रन ਡਾਕਟਰ ਬਰਨਨ ਨੂੰ ਬੱਚਿਆਂ ਦੇ ਦੁੱਖ ਅਤੇ ਤਕਲੀਫਾਂ ਦਾ ਕਿਵੇਂ ਪਤਾ ਲੱਗਾ ਹੀ ਵਾਸ ਇੰਟਰੋਡਿਊਸ ਟੂ ਦਾ ਸਫਰਿੰਗ ਆਫ ਚਿਲड्रन ਵੈਨ ਹੀ ਕੇਮ ਟੂ ਨੋ ਦੈਟ ਹਿਸ ਬ੍ਰਦਰ ਹੈਡ ਡਾਈਡ ਆਫ ਐਨ ਐਬਨਾਰਮਲ ਹਾਰਟ ਡਿਜ਼ੀਜ਼ ਮੈਨੀ ইਅਰਸ ਐਗੋ ਕਾਫੀ ਸਾਲ ਪਹਿਲਾਂ ਜਦੋਂ ਡਾਕਟਰ ਬਰਨਰਡ ਦੇ ਭਰਾ ਦੀ ਇੱਕ ਅਬਨਾਰਮਲ ਹਾਰਟ ਡਿਜ਼ੀਜ਼ ਨਾਲ ਮੌਤ ਹੋ ਗਈ ਸੀ ਉਸ ਸਮੇਂ ਡਾਕਟਰ ਬਰਨਰਡ ਨੂੰ ਬੱਚਿਆਂ ਦੇ ਦੁੱਖ ਅਤੇ ਤਕਲੀਫਾਂ ਦਾ ਪਤਾ ਲੱਗਾ ਵਾਈਕੁਡਨ ਡਾਕਟਰ ਬਰਨਰਡਸ ਬ੍ਰਦਰ ਸਰਵਾਈਵ ਡਾਕਟਰ ਬਰਨਰਡ ਦਾ ਭਰਾ ਬਚ ਕਿਉਂ ਨਹੀਂ ਪਾਇਆ ਡਾਕਟਰ ਬਰਨਰਡਸ ਬ੍ਰਦਰ ਕੁਡ ਨਾਟ ਸਰਵਾਈਵ ਬਿਕੋਜ਼ ਹੀ ਵਾਸ ਬੋਰਨ ਵਿਦਨ ਅਬਨਾਰਮਲ ਹਾਰਟ ਐਂਡ ਨੋ ਸਰਜਿਕਲ ਟਰੀਟਮੈਂਟ ਵਾਸ ਅਵੇਲੇਬਲ ਟੂ ਹਿਮ ਕਿਉਜ਼ ਜਿਹੜਾ ਹਾਰਟ ਹੈ ਉਸ ਦਾ ਜਿਹੜਾ ਦਿਲ ਹੈ ਉਹ ਅਬਨਾਰਮਲ ਸੀ ਅਸਾਧਾਰਨ ਸੀ ਤੇ ਉਸ ਸਮੇ ਉਸ ਦਾ ਕੋਈ ਟਰੀਟਮੈਂਟ ਵੀ ਅਵੇਲੇਬਲ ਨਹੀਂ ਸੀ ਇਸ ਕਰਕੇ ਉਹ ਬਚ ਨਹੀਂ ਪਾਇਆ ਅਗਲਾ ਕੁਐਸਚਨ ਹੈ ਵਾਈ ਡਾਕਟਰ ਬਰਨਰਡ ਕਨਸੀਡਰ ਧ ਸਫਰਿੰਗ ਆਫ ਚਿਲड्रन ਹਾਰਟ ਬ੍ਰੀਕਿੰਗ ਹਾਰਟ ਬ੍ਰੀਕਿੰਗ ਹੁੰਦਾ ਦਿਲ ਨੂੰ ਤਕਲੀਫ ਦੇਣ ਵਾਲੀ ਕਿ ਡਾਕਟਰ ਬਰਨਰਡ ਨੂੰ ਇਹ ਕਿਉਂ ਲੱਗਾ ਕਿ ਬੱਚਿਆਂ ਦੇ ਜਿਹੜੇ ਦੁੱਖ ਹੁੰਦੇ ਹਨ ਉਹ ਹਾਰਟ ਬ੍ਰੀਕਿੰਗ ਹੁੰਦੇ ਹਨ ਤੇ ਇਸ ਆਨਸਰ ਹੈ The children suffering from various diseases have their total trust in doctors and nurses they believed that these people are going to help them if they are not cured they accept their fate they go through mutilating surgeries and even then they do not complain ਤੇ ਜਿਹੜੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ ਉਹਨਾਂ ਨੂੰ ਡਾਕਟਰ ਅਤੇ ਨਰਸਾਂ ਤੇ ਪੂਰਾ ਵਿਸ਼ਵਾਸ ਹੁੰਦਾ ਉਹਨਾਂ ਨੂੰ ਇਹ ਲੱਗਦਾ ਕਿ ਡਾਕਟਰ ਅਤੇ ਨਰਸ ਉਹਨਾਂ ਦੀ ਪੂਰੀ ਮਦਦ ਕਰਨਗੇ ਜੇ ਉਹ ਠੀਕ ਨਹੀਂ ਹੁੰਦੇ ਤਾਂ ਉਹ ਆਪਣੀ ਕਿਸਮਤ ਮੰਨ ਲੈਂਦੇ ਹਨ ਉਹ ਮੋਡਿਊਲੇਟਿੰਗ ਸਰਜਰੀ ਦੇ ਸਾਹਮਣਾ ਕਰਦੇ ਹਨ ਕਿ ਚੀਰ ਫੜ ਉਹਨਾਂ ਦੇ ਅੰਗਾਂ ਵਿੱਚ ਕੀਤੀ ਜਾਂਦੀ ਹੈ ਪਰ ਫਿਰ ਵੀ ਉਹ ਬਿਲਕੁਲ ਵੀ ਕੰਪਲੇਂਟ ਨਹੀਂ ਕਰਦੇ ਅਗਲਾ ਕੁਐਸਚਨ ਹੈ ਵਟ ਮੀਟ ਦਾ ਡਰਾਈਵਰ ਐਂਡ ਦਾ ਮੈਕੈਨਿਕ ਚੂਜ਼ देयर ਰੋਲਸ ਤੇ ਡਰਾਈਵਰ ਅਤੇ ਮੈਕੈਨਿਕ ਨੇ ਆਪਣੇ ਰੋਲ ਕਿਸ ਤਰ੍ਹਾਂ ਚੂਜ਼ ਕੀਤੇ ਦੇ ਚੂਜ਼ देयर ਰੋਲਸ ਬਿਕਾਜ਼ ਦਾ ਮੈਕੈਨਿਕ ਵਾਸ ਟੋਟਲੀ ਬਲਾਈਂਡ ਐਂਡ ਦਾ ਡਰਾਈਵਰ ਹੈਡ ਓਨਲੀ ਵਨ ਨਾਮ ਤੇ ਉਹਨਾਂ ਨੇ ਆਪਣੇ ਰੋਲ ਇਸ ਤਰ੍ਹਾਂ ਇਸ ਕਰਕੇ ਚੂਜ਼ ਕੀਤੇ ਕਿਉਂਕਿ ਜਿਹੜਾ ਮਕੈਨਿਕ ਸੀਗਾ ਉਸਨੇ ਬਿਲਕੁਲ ਵੀ ਦਿਖਣਾ ਦਿਖਦਾ ਨਹੀਂ ਸੀਗਾ ਅਤੇ ਡਰਾਈਵਰ ਦਾ ਸਿਰਫ ਇੱਕ ਹੀ ਹੱਥ ਸੀ